ਆਜ਼ਾਦੀ ਜਮਹੂਰੀਅਤ ਸਾਂਝੀਵਾਲਤਾ ਅਤੇ ਨਿਆਂ ਭਰੇ ਸਮਾਜ ਦੀ ਸਿਰਜਣਾ ਲਈ ਸਦਾ ਸੰਗਰਾਮੀ ਸਫ਼ਰ 'ਤੇ ਰਹਿਣ ਵਾਲੇ ਗੰਧਰਵ ਸੈਨ ਕੋਛੜ ਦਾ ਜਨਮ 23 ਜਨਵਰੀ 1919 ਵਿੱਚ ਨੂਰਮਹਿਲ ਦੇ ਰੱਜੇ ਪੁੱਜੇ ਆਰੀਆ ਸਮਾਜੀ ਕੋਛੜ ਪਰਿਵਾਰ ਵਿੱਚ ਹੋਇਆ। ਉਹਨਾਂ ਦੀ ਰਾਜਸੀ ਚੇਤਨਾ ਦਾ ਪਹਿਲਾ ਵਰ੍ਹਾ 1928 ਸੀ, ਜਦੋਂ ਲਾਲਾ ਲਾਜਪਤ ਰਾਏ ਉੱਤੇ ਹੋਏ ਲਾਠੀਚਾਰਜ ਨੇ ਉਹਨਾਂ ਨੂੰ ਝੰਝੋੜ ਕੇ ਰੱਖ ਦਿੱਤਾ। ਇਸ ਖੱਬੇ ਪੱਖੀ ਕਾਰਕੁਨ ਦੇ ਰੋਲ ਮਾਡਲ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਸਨ, ਜਿਨ੍ਹਾਂ ਦੀਆਂ ਸ਼ਹੀਦੀਆਂ ਨੇ ਕੋਛੜ ਦੇ ਬਾਲ ਮਨ 'ਤੇ ਗਹਿਰਾ ਅਸਰ ਪਾਇਆ ਅਤੇ ਉਹ ਸਾਰੀ ਉਮਰ ਉਹਨਾਂ ਦੀ ਸੋਚ ਨੂੰ ਪਰਨਾਇਆ ਰਿਹਾ। ਉਹ ਜਿਹੜੇ ਅੱਜ ਤੋਂ 100 ਸਾਲ ਦਾ ਸਮਾਂ ਸੀਗਾ, 1918 ਦਾ ਸਮਾਂ, ਉਹ ਹਿੰਦੁਸਤਾਨ ਦੇ ਵਿੱਚ ਸਾਮਰਾਜ ਦੇ ਖਿਲਾਫ, ਸਾਮਰਾਜ ਦੇ ਵਿਰੋਧ ਦੇ ਵਿੱਚ ਵੱਡੀ ਲਹਿਰ ਜਦੋਂ ਉੱਭਰ ਰਹੀ ਸੀ, ਉਹਦਾ ਦੌਰ ਸੀਗਾ। ਔਰ ਉਸ ਦੌਰ ਦੇ ਵਿੱਚ ਕਾਮਰੇਡ ਗੰਧਰਵ ਸਿੰਘ ਇੱਕ ਮੱਧਵਰਗੀ ਪਰਿਵਾਰ ਦੇ ਵਿੱਚ ਪੈਦਾ ਹੋਏ। ਔਰ ਮੈਂ ਇੱਥੇ ਦੱਸਣਾ ਚਾਹੁੰਦਾ, ਜ਼ੋਰ ਦੇਣਾ ਚਾਹੁੰਦਾ, ਕਿਉਂਕਿ ਵਿਦਿਆਰਥੀ ਬੈਠੇ ਨੇ, ਉਹ ਇੱਕ ਬਹੁਤ ਵਧੀਆ ਜੀਵਨ ਬਤੀਤ ਕਰ ਸਕਦੇ ਸੀ। 5 ਭਰਾਵਾਂ ਦੇ ਵਿੱਚ ਉਹ ਬਹੁਤ ਪੜ੍ਹੇ ਲਿਖੇ, ਉਸ ਵੇਲੇ 3 ਪੜ੍ਹੇ ਲਿਖੇ ਪੜ੍ਹੇ ਨੂੰ ਪਟਵਾਰੀ ਦੀ ਨੌਕਰੀ ਮਿਲਦੀ ਸੀ। ਇਹਨਾਂ ਨੇ ਉਸ ਵੇਲੇ 10ਵੀਂ ਔਰ 10ਵੀਂ ਤੋਂ ਬਾਅਦ ਫਿਰ ਅਗਲੀ ਜਿਹੜੇ ਕੋਰਸ ਵਗੈਰਾ ਇਹਨਾਂ ਨੇ ਕੀਤੇ ਔਰ ਇੱਕ ਵਧੀਆ ਜ਼ਿੰਦਗੀ ਜੀ ਸਕਦੇ ਸੀਗੇ। ਪਰ ਇਹਨਾਂ ਨੇ ਫੈਸਲਾ ਕੀਤਾ ਕਿ ਮੈਂ ਆਪਣੇ ਲਈ ਜੀਣ ਦੀ ਬਜਾਏ ਸਮਾਜ ਲਈ, ਲੋਕਾਂ ਦੇ ਲਈ ਜੀਵਾਂਗਾ। ਔਰ ਉਸ ਵੇਲੇ ਕਿਰਤੀ ਪਾਰਟੀ, ਜਦੋਂ ਇਹਨਾਂ ਨੇ ਸੁਰਤ ਸੰਭਾਲੀ, ਕਿਰਤੀ ਪਾਰਟੀ ਦਾ ਬਹੁਤ ਜ਼ੋਰ ਸੀਗਾ ਕਮਿਊਨਿਸਟ ਮੂਵਮੈਂਟ ਦੇ ਵਿੱਚ, ਉਹਦੇ ਵਿੱਚ ਸ਼ਾਮਲ ਹੋਏ। ਔਰ ਉਸ ਤੋਂ ਬਾਅਦ ਹਿੰਦੁਸਤਾਨ ਦੇ ਖੱਬੇ ਪੱਖੀ ਸੰਘਰਸ਼ ਦੇ ਵਿੱਚ ਜਿੰਨੀਆਂ ਵੀ ਲਹਿਰਾਂ ਚੱਲੀਆਂ, ਚਾਹੇ ਉਹ CPI ਹੋਵੇ, ਚਾਹੇ ਉਸ ਤੋਂ ਬਾਅਦ CPM ਹੋਵੇ, ਨਕਸਲਾਈਟ ਮੂਵਮੈਂਟ ਹੋਵੇ, ਲਾਲ ਪਾਰਟੀ ਹੋਵੇ, ਜਿੰਨੀਆਂ ਵੀ ਲਹਿਰਾਂ, ਲੋਕ ਲਹਿਰਾਂ ਪੈਦਾ ਹੋਈਆਂ, ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਾਮਰੇਡ ਜੀ ਚੱਲੇ। ਔਰ ਸਿਰਫ ਇਹ ਨਹੀਂ ਕਿ ਅੱਖਾਂ ਮੀਚ ਕੇ ਉਹਦੇ ਨਾਲ ਉਹਨਾਂ ਨੇ ਅਗਵਾਈ ਕੀਤੀ, ਉਹਨਾਂ ਨੇ ਉਹਨਾਂ ਮੂਵਮੈਂਟਸ ਦੀਆਂ ਜਿਹੜੀਆਂ ਕਮਜ਼ੋਰੀਆਂ ਸੀਗੀਆਂ, ਖੂਬੀਆਂ ਸੀ ਜਾਂ ਖਾਮੀਆਂ ਸੀ, ਉਹਨਾਂ ਬਾਰੇ ਵੀ ਲਗਾਤਾਰ ਉਹ ਸਵਾਲ ਉਠਾਉਂਦੇ ਰਹੇ। ਜਿਹੜਾ ਕਿ ਮੈਂ ਜਿਵੇਂ ਮਾਰਕਸ ਦੀ ਗੱਲ ਕੀਤੀ ਕਿ ਮਾਰਕਸਵਾਦੀ ਹੋਣ ਦਾ ਮਤਲਬ ਇਹੀ ਹੈ ਕਿ ਅਸੀਂ ਆਪਣੀਆਂ ਕਮਜ਼ੋਰੀਆਂ ਤੋਂ ਸਿੱਖੀਏ। ਔਰ ਇਹ ਲਗਾਤਾਰ ਜਿੰਨੀਆਂ ਵੀ ਮੂਵਮੈਂਟਸ ਨਾਲ ਇਹਨਾਂ ਦਾ ਵਾਹ ਵਾਸਤਾ ਰਿਹਾ, ਉਹਨਾਂ ਦੇ ਨਾਲ ਇਹਨਾਂ ਨੇ ਸੰਵਾਦ ਦਾ, ਡਾਇਲੋਗ ਦਾ ਜਿਹੜਾ ਸੀਗਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਮੈਟ੍ਰਿਕ ਪਾਸ ਕਰਕੇ 1937 'ਚ ਉਹ ਰੇਡੀਓ ਮਕੈਨਿਕੀ ਦੀ ਟ੍ਰੇਨਿੰਗ ਦੇ ਲਈ ਦਿੱਲੀ ਚਲੇ ਗਏ, ਪਰ ਬਹੁਤਾ ਸਮਾਂ ਉੱਥੇ ਟਿਕ ਨਾ ਸਕੇ ਅਤੇ ਦੇਸ਼ ਪਿਆਰ ਦਾ ਜਜ਼ਬਾ ਉਹਨਾਂ ਨੂੰ ਵਾਪਸ ਪੰਜਾਬ ਖਿੱਚ ਲਿਆਇਆ ਅਤੇ ਉਹ ਕਿਰਤੀ ਕਿਸਾਨ ਪਾਰਟੀ ਨਾਲ ਜੁੜ ਜਬਰ ਵਿਰੁੱਧ ਲੜਨ ਲੱਗੇ। ਮੁਲਕ ਦੀ ਗਲਤ ਵਿਵਸਥਾ ਨੂੰ ਬਦਲ ਕੇ ਮਿਹਨਤਕਸ਼ ਲੋਕਾਂ 'ਤੇ ਮਾਣ ਸਨਮਾਨ ਵਾਲਾ ਰਾਜ ਅਤੇ ਸਮਾਜ ਸਿਰਜਣ ਲਈ ਜੱਦੋ ਜਹਿਦ ਕਰਦਿਆਂ ਉਹਨਾਂ ਨੂੰ ਅਨੇਕਾਂ ਵਾਰ ਜੇਲ੍ਹਾਂ ਵੀ ਕੱਟਣੀਆਂ ਪਈਆਂ। ਲੋਕ ਹਿੱਤਾਂ ਨੂੰ ਪਰਨਾਏ ਗੰਧਰਵ ਸੈਨ ਕੋਛੜ ਦੇਸ਼ ਦੇ ਗਲੇ ਸੜੇ, ਕੁਰੀਤੀਆਂ ਭਰੇ ਸਮਾਜਿਕ ਅਤੇ ਰਾਜਨੀਤਿਕ ਢਾਂਚੇ ਨੂੰ ਬਦਲਣ ਲਈ ਤਾ ਉਮਰ ਸੰਘਰਸ਼ ਕਰਦੇ ਰਹੇ। ਮਾਰਕਸਵਾਦੀ ਵਿਚਾਰਧਾਰਾ ਦੇ ਮੁਦਈ ਗੰਧਰਵ ਸੈਨ ਕੋਛੜ ਵਿਗਿਆਨਕ ਦ੍ਰਿਸ਼ਟੀਕੋਣ ਦੇ ਧਾਰਨੀ ਸਨ, ਜੋ ਨਾ ਕਦੇ ਨਿਰਾਸ਼ ਹੋਏ, ਨਾ ਅਹੁਦਿਆਂ ਅਤੇ ਪਦਵੀਆਂ ਪਿੱਛੇ ਦੌੜੇ, ਬਸ ਲੋਕ ਪੱਖੀ ਮਸਲਿਆਂ ਅਤੇ ਵਿਚਾਰਾਂ ਪ੍ਰਤੀ ਸੰਜੀਦਾ ਰਹੇ। ਜੋ ਉਹਨਾਂ ਦੀਆਂ ਲਿਖਤਾਂ 'ਚੋਂ ਬਾਖੂਬੀ ਝਲਕਦਾ ਹੈ, ਉਹ ਆਜ਼ਾਦੀ ਲਈ ਜੂਝਦੀਆਂ ਲੋਕ ਪੱਖੀ ਲਹਿਰਾਂ ਦੀ ਕਾਰਗੁਜ਼ਾਰੀ, ਚੁਣੌਤੀਆਂ ਦੇ ਨਾਲ ਨਾਲ ਅਜੋਕੇ ਵਿਸ਼ਵੀ ਯੁੱਗ ਦੀਆਂ ਵੰਗਾਰਾਂ ਨੂੰ ਵੀ ਬੜੇ ਤਰਕਸ਼ੀਲ ਦ੍ਰਿਸ਼ਟੀਕੋਣ ਨਾਲ ਬਿਆਨਦੇ ਹਨ। ਜੋ ਇਹਨਾਂ ਦੀ ਸੋਚ, ਜਿਹੜੀ ਇਹਨਾਂ ਦੀ ਜੀਵਨੀ ਹੈ, ਉਹਨੂੰ ਪੜ੍ਹ ਕੇ ਮੈਨੂੰ ਲੱਗਦਾ
ਮੈਨੂੰ ਗੁਰੂ ਨਾਨਕ ਦੇਵ ਜੀ ਦੀ ਲਾਈਨ ਯਾਦ ਆਉਂਦੀ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਲਕੈ ਸੰਗ ਸਾਥ, ਵੱਡਿਆ ਸਿਓ ਕਹਿ ਰਹੀ ਸੀ। ਇਹਨਾਂ ਦੀ ਸੋਚ ਇਹ ਸੀ ਕਿ ਮੈਂ ਹੇਠਲੇ ਲੋਕਾਂ ਦੇ ਨਾਲ, ਪੂਅਰੈਸਟ ਆਫ ਦ ਪੂਅਰ, ਉਹਨਾਂ ਦੇ ਨਾਲ ਖੜ ਕੇ ਆਪਣੀ ਜਿਹੜਾ ਸੰਘਰਸ਼ ਆ ਉਹ ਕਰਾਂਗਾ। ਔਰ ਇਹ ਮਿਸਾਲ ਲਗਾਤਾਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ 100 ਸਾਲ ਜਿਹੜੇ ਗੁਜ਼ਾਰੇ ਨੇ ਉਹਦੇ ਮਿਸਾਲ ਬਣ ਕੇ ਗੁਜ਼ਾਰੇ ਨੇ। ਔਰ ਅਕਸਰ ਇਹ ਕਿਹਾ ਜਾਂਦਾ ਜਦੋਂ ਅਸੀਂ ਸਿਆਸਤ ਦੇ ਵਿੱਚ ਭਾਗ ਲੈਂਦੇ ਹਾਂ, ਸਿਆਸਤ ਦੇ ਵਿੱਚ ਹਿੱਸਾ ਲੈਂਦੇ ਹਾਂ, ਕਿ ਪੋਲੀਟਿਕਸ ਇਜ਼ ਦਾ ਆਰਟ ਆਫ ਪੋਸੀਬਲ, ਕਿ ਉਹ ਕੰਮ ਸਿਆਸਤ ਦੇ ਵਿੱਚ ਉਹ ਕੰਮ ਕਰਨੇ ਚਾਹੀਦੇ ਨੇ ਜਿਹੜੇ ਸੰਭਵ ਹੋਣ। ਪਰ ਕਾਮਰੇਡ ਦੀ ਸੋਚ ਕੀ ਸੀਗੀ? ਇਹਨਾਂ ਦੀ ਸੋਚ ਮੈਨੂੰ ਫਿਰ 1968 ਦੀ ਪੈਰਿਸ ਦੀ ਵਿਦਿਆਰਥੀ ਲਹਿਰ ਯਾਦ ਆਉਂਦੀ ਹੈ, ਜਿਹਦੇ ਵਿੱਚ ਉਹਨਾਂ ਨੇ ਨਾਰਾ ਦਿੱਤਾ ਸੀ ਕਿ ਬੀ ਅ ਰੀਅਲਿਸਟ ਅਟੈਂਪਟ ਦ ਇੰਪੋਸੀਬਲ, ਕਿ ਯਥਾਰਥਵਾਦੀ ਬਣੋ ਪਰ ਉਹ ਕੰਮ ਕਰੋ ਜਿਹੜਾ ਅਸੰਭਵ ਹੋਵੇ। ਔਰ ਕਾਮਰੇਡ ਗੰਧਰਵ ਸੇਨ ਹੋਰਾਂ ਨੇ ਉਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਹਿੰਦੁਸਤਾਨ ਦੇ ਵਿੱਚ ਅਸੰਭਵ ਸੀ। ਉਹ ਲੰਬਾ ਸਮਾਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਰਹੇ। ਦੇਸ਼ ਭਗਤ ਯਾਦਗਾਰ ਹਾਲ ਅੰਦਰ ਸਿੱਖਿਆਰਥੀ ਚੇਤਨਾ ਕੈਂਪ ਲਾਉਣ ਅਤੇ ਮਾਰਕਸਵਾਦੀ ਲਿਟਰੇਚਰ ਛਾਪਣ ਦਾ ਕੰਮ ਉਹਨਾਂ ਦੀ ਪਹਿਲਕਦਮੀ ਨਾਲ ਸ਼ੁਰੂ ਹੋਇਆ, ਜੋ ਅੱਜ ਵੀ ਜਾਰੀ ਹੈ। ਉਹਨਾਂ ਦਾ ਸੰਬੰਧ ਕਿਰਤੀ ਪਾਰਟੀ, ਪ੍ਰਜਾ ਮੰਡਲ ਕਿਸਾਨ ਸਭਾ, ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ ਕਮਿਊਨਿਸਟ ਪਾਰਟੀ ਆਦਿ ਨਾਲ ਰਿਹਾ। ਉਹਨਾਂ ਦੀ ਕਾਮਰੇਡ ਬਾਬਾ ਬੂਜਾ ਸਿੰਘ, ਬਾਬਾ ਕਰਮ ਸਿੰਘ ਚੀਮਾ, ਬਾਬਾ ਬਿਲਗਾ, ਕਾਮਰੇਡ ਗੁਰਚਰਨ ਸਿੰਘ ਰੰਧਾਵਾ ਅਤੇ ਕਾਮਰੇਡ ਰਜਿੰਦਰ ਸਰੀ ਨਾਲ ਬਹੁਤ ਨੇੜਤਾ ਰਹੀ। ਉਹਨਾਂ ਨੇ ਸਾਰੀ ਉਮਰ ਪਰਿਵਾਰਕ ਸੁੱਖਾਂ ਦੀ ਪਰਵਾਹ ਨਹੀਂ ਕੀਤੀ ਅਤੇ ਆਖਰੀ ਦਮ ਤੱਕ ਆਪਣੀ ਬੇਟੀ ਸੁਰਿੰਦਰ ਕੁਮਾਰੀ ਕੋਛੜ ਨਾਲ ਹਰ ਲੋਕ ਪੱਖੀ ਸਰਗਰਮੀ ਵਿੱਚ ਹਿੱਸਾ ਲੈਂਦੇ ਰਹੇ। ਜੀਵਨ ਦੇ ਆਖਰੀ ਦਿਨਾਂ 'ਚ ਉਹਨਾਂ ਆਪਣੀ ਬੇਟੀ ਸੁਰਿੰਦਰ ਕੁਮਾਰੀ ਕੋਛੜ ਦੇ ਸਹਿਯੋਗ ਨਾਲ 15 ਲੱਖ ਰੁਪਏ ਦਾ ਲੋਕ ਪੱਖੀ ਸਿਹਤ ਛਪਾ ਕੇ ਮੁਫਤ ਵੰਡਿਆ, ਜਿਨ੍ਹਾਂ ਵਿੱਚੋਂ ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ, ਟੱਬਰ, ਨਿੱਜੀ ਜਾਇਦਾਦ ਅਤੇ ਰਾਜ ਦਾ ਮੁੱਢ, ਰਾਜ ਅਤੇ ਇਨਕਲਾਬ, ਗੁਲਾਮੀ ਦਾ ਜ਼ਹਿਰ, ਮਾਰਕਸਵਾਦ ਕੀ ਹੈ, ਅਛੂਤ ਦਾ ਸਵਾਲ ਅਤੇ ਮੈਂ ਨਾਸਤਿਕ ਕਿਉਂ ਹਾਂ ਆਦਿ ਪੁਸਤਕਾਂ ਜ਼ਿਕਰਯੋਗ ਹਨ। ਇਨਕਲਾਬੀ ਅਤੇ ਕ੍ਰਾਂਤੀਕਾਰੀ ਸਿਧਾਂਤਾਂ 'ਤੇ ਪਹਿਰਾ ਦੇਣ ਵਾਲਾ, ਵਿਗਿਆਨਿਕ ਸੋਚ ਦਾ ਧਾਰਨੀ, ਵਚਨ ਦਾ ਪੱਕਾ ਇਹ ਸੂਰਮਾ 100 ਸਾਲਾਂ ਦਾ ਸੰਘਰਸ਼ਸ਼ੀਲ ਜੀਵਨ ਦਲੇਰੀ ਨਾਲ ਜੀਵਿਆ ਅਤੇ 14 ਮਾਰਚ 2018 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਜੋ ਆਪਣਿਆਂ ਤੋਂ ਪਿਆਰ ਮਿਲਿਆ ਨਾ, ਉਹ ਬਹੁਤ ਪਿਆਰ, ਬਹੁਤ ਸੈਟਿਸਫੈਕਸ਼ਨ ਹੈ ਜ਼ਿੰਦਗੀ ਤੋਂ। ਹਾਂ, ਜ਼ਿੰਦਗੀ ਤੋਂ ਮੈਨੂੰ ਤਾਂ ਬਹੁਤ ਸੈਟਿਸਫੈਕਸ਼ਨ ਹੈ, ਤੁਸੀਂ ਵੀ ਦੱਸੋ। ਮੈਨੂੰ ਤੇਰੇ ਨਾਲ ਵੀ ਜ਼ਿਆਦਾ ਸੈਟਿਸਫੈਕਸ਼ਨ। ਮੈਂ ਦੇਖ, ਉਹ ਸ਼ੇਰ ਮਿੱਤ ਤਾਂ ਹੀ ਬਣ ਗਿਆ ਜ਼ਿੰਦਗੀ ਦਾ ਆਖਰੀ ਸ਼ੇਰ, ਪਹਿਲਾਂ ਵੀ ਤਾਂ ਆਖਰੀ ਕਦੋਂ ਨੇ ਸੁਣਿਆ ਕਿ ਹਮੇ ਆਪਣੋ ਸੇ ਇੱਜ਼ਤ ਪਿਆਰ ਇਤਨਾ ਮਿਲਾ ਕਿ ਮੈਂ ਖੁਦ ਸੇ ਬੇਗਾਨਾ ਹੋ ਗਿਆ। ਇਨਕਲਾਬੀ ਅਤੇ ਲੋਕ ਪੱਖੀ ਲਹਿਰਾਂ ਦਾ ਇਹ ਲੋਕ ਨਾਇਕ ਸਾਡੇ ਚੇਤਿਆਂ 'ਚ ਸਦਾ ਜਿਉਂਦਾ ਰਹੇਗਾ। ਉਹਨਾਂ ਦੁਆਰਾ ਪਾਈਆਂ ਇਨਕਲਾਬੀ ਪੈੜਾਂ ਨਾ ਸਿਰਫ ਇਤਿਹਾਸ ਦੇ ਪੰਨਿਆਂ 'ਤੇ ਉੱਕਰੀਆਂ ਗਈਆਂ, ਸਗੋਂ ਲੋਕ ਪੱਖੀ ਜੀਵਨ ਜੀਣ ਲਈ ਸਾਡਾ ਮਾਰਗਦਰਸ਼ਨ ਵੀ ਕਰਦੀਆਂ ਹਨ। 101ਵੇਂ ਜਨਮ ਦਿਨ 'ਤੇ ਅੱਜ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ।